ਫਿਰੋਜ਼ਪੁਰ ਤੋਂ ਖਬਰ ਹੈ ਕਿ ਮੁੰਡੇ ਨੇ ਆਪਣੀ ਹੀ ਮੰਗੇਤਰ ਨੂੰ ਪਿਸਤੌਲ ਦਿਖਾ ਕੇ ਅਗਵਾ ਕਰ ਲਿਆ। ਗੱਲ 2 ਸਾਲ ਪਹਿਲਾਂ ਦੀ ਹੈ ਜਦੋਂ ਫਿਰੋਜ਼ਪੁਰ ਦੇ ਇੱਕ ਪਰਿਵਾਰ ਨੇ ਆਪਣੀ ਲੜਕੀ ਦਾ ਰਿਸ਼ਤਾ ਫਿਰੋਜ਼ਪੁਰ ਦੇ ਪਿੰਡ ਸ਼ੇਰ ਖਾਂ 'ਚ ਰਹਿੰਦੀ ਲੜਕੀ ਦੀ ਭੂਆ ਦੇ ਘਰ ਕੀਤਾ ਸੀ ਤੇ ਪਿਛਲੇ ਅਪ੍ਰੈਲ ਮਹੀਨੇ ਦਾ ਉਹਨਾਂ ਨੇ ਆਪਣੀ ਲੜਕੀ ਦਾ ਵਿਆਹ ਪੱਕਾ ਕੀਤਾ ਸੀ ਪਰ ਉਹਨਾਂ ਦੀ ਦੂਸਰੀ ਲੜਕੀ ਦੀ ਮੌਤ ਹੋ ਜਾਣ ਕਾਰਨ ਵਿਆਹ ਦੀ ਤਰੀਕ ਅੱਗੇ ਪਾ ਦਿੱਤੀ ਗਈ ਤੇ ਹੁਣ ਉਹਨਾਂ ਨੇ ਲੜਕੀ ਦਾ ਵਿਆਹ 24 ਨਵੰਬਰ ਦਾ ਰੱਖਿਆ ਸੀ। ਹੁਣ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਮੁੰਡੇ ਵਾਲਿਆਂ ਨੂੰ ਵਿਆਹ ਦੀ ਤਰੀਕ ਦਾ ਬਾਰ ਬਾਰ ਅੱਗੇ ਪਾਉਣਾ ਪਸੰਦ ਨਾ ਆਇਆ। ਉਹ ਵਿਆਹ ਜਲਦੀ ਚਾਹੁੰਦੇ ਸਨ ਤੇ ਇਸ ਕਰਕੇ ਉਹਨਾਂ ਨੇ ਫੋਨ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਪਰ ਗੱਲ ਉਦੋਂ ਵੱਧ ਗਈ ਜਦੋਂ ਮੁੰਡਾ ਆਪਣੇ ਸਾਥੀਆਂ ਨਾਲ ਬੰਦੂਕ ਦੀ ਨੋਕ ਤੇ ਆਪਣੇ ਹੋਣ ਵਾਲੇ ਸਹੁਰੇ ਘਰੋਂ ਆਪਣੀ ਹੀ ਮੰਗੇਤਰ ਨੂੰ ਅਗਵਾ ਕਰਕੇ ਲੈ ਗਿਆ, ਜਿਸ ਤੋਂ ਬਾਅਦ ਹੁਣ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਹੁਣ ਸਵਾਲ ਉੱਠ ਰਹੇ ਨੇ ਕਿ ਆਖਿਰ ਵਿਆਹ ਦੀ ਤਰੀਕ ਲੇਟ ਹੋਣ ਦੀ ਗੱਲ ਹੈ ਜਾਂ ਕੋਈ ਹੋਰ ਕਾਰਨ ਜਿਸ ਕਰਕੇ ਮੁੰਡੇ ਨੇ ਇਸ ਅਜੀਬ ਤੇ ਸ਼ਰਮਨਾਕ ਕਾਰਜ ਨੂੰ ਅੰਜਾਮ ਦਿੱਤਾ। ਲੜਕੀ 2 ਸਾਲ ਤੋਂ ਮੰਗੀ ਹੋਈ ਸੀ, ਪਿਛਲੇ ਸਾਲ ਵੀ ਅਸੀਂ ਇਹਦਾ ਵਿਆਹ ਰੱਖਿਆ ਹੋਇਆ ਸੀ ਜੀ। ਪਿਛਲੀ 2 ਅਪ੍ਰੈਲ ਨੂੰ ਮੇਰੀ ਗੁੜੀਆ ਅਚਾਨਕ ਬਿਮਾਰ ਹੋਈ, 2 ਤਰੀਕ ਨੂੰ ਡੈਥ ਹੋ ਗਈ, ਫਿਰ ਸਾਨੂੰ ਜੀ ਵਿਆਹ ਕੈਂਸਲ ਕਰਨਾ ਪਿਆ। ਅਸੀਂ ਹੁਣ ਦੁਬਾਰਾ ਕਢਵਾਇਆ ਸੀ, ਦੁਬਾਰਾ ਵਿਆਹ ਕਢਾ ਕੇ ਇਹਨਾਂ ਨੂੰ ਫੋਨ ਕੀਤਾ, ਇਹਨਾਂ ਨੇ ਨਾਮਨਜ਼ੂਰ ਕੀਤਾ। ਨਾਮਨਜ਼ੂਰ ਕਰਨ ਦੇ ਬਾਵਜੂਦ ਬਾਅਦ 'ਚੋਂ ਮੁੰਡੇ ਨੇ ਰਾਤ ਨੂੰ, ਪਤਾ ਨਹੀਂ ਜੀ, ਮੈਂ ਤਾਂ ਘਰ ਨਹੀਂ ਸੀ, ਸ਼ਰਾਬ ਪੀਤੀ, ਪਤਾ ਨਹੀਂ ਕੀ ਕੀਤਾ, ਇਹ ਰਾਤ ਨੂੰ 10:15 ਵਜੇ ਸਾਡੇ ਘਰ ਕਰਦੇ ਐਂਟਰ, ਅੰਦਰ ਕਰਕੇ ਮੇਰੀ ਗੁੜੀਆ ਨੂੰ ਅਗਵਾ ਕਰਕੇ ਲੈ ਗਏ। ਇਹਨਾਂ ਨੂੰ ਹਾਂਜੀ ਹਥਿਆਰਾਂ ਨਾਲ ਲੈਸ ਸੀਗੇ ਸਾਰਿਆਂ ਕੋਲ, 3 ਜਣਿਆਂ ਕੋਲ ਪਿਸਟਲ ਸੀਗੇ, ਬਾਕੀਆਂ ਕੋਲ ਇਹਨਾਂ ਦੇ ਦੱਸਣ ਦੇ ਮੁਤਾਬਕ ਮੈਨੂੰ ਨਹੀਂ ਪਤਾ ਜੀ ਹੋਰ ਕੀ ਇਹਨਾਂ ਦੇ ਕੋਲ ਹੈ ਜੀ। ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਜੀ, ਪੁਲਿਸ ਸਾਡੇ ਨਾਲ ਸੈਟਲ ਵਾਈਜ਼ ਹੈ, ਪੁਲਿਸ ਸਾਡੀ ਫੁੱਲ ਮਦਦ ਕਰ ਰਹੀ ਹੈ ਜੀ, ਬਹੁਤ ਧੰਨਵਾਦ ਹੈ ਜੀ ਪੁਲਿਸ ਦਾ। ਸਰ ਮੈਂ ਆਪਣੀ ਬੇਟੀ ਦਾ ਰਿਸ਼ਤਾ ਕੀਤਾ ਸੀ ਆਪਣੀ ਨਨਾਣ ਵੱਲ, ਤਾਂ ਮਾਰਚ 'ਚ ਮੇਰੀ ਬੇਟੀ ਦੀ ਡੈਥ ਹੋ ਗਈ। ਮੈਂ ਅਪ੍ਰੈਲ ਦਾ ਵਿਆਹ ਰੱਖਿਆ ਸੀਗਾ ਜੀ, ਤਾਂ 2 ਮਾਰਚ ਨੂੰ ਮੇਰੀ ਬੇਟੀ ਦੀ ਡੈਥ ਹੋ ਗਈ, ਇਸ ਕਰਕੇ ਮੈਂ ਵਿਆਹ ਕੈਂਸਲ ਕਰਤਾ। ਹੁਣ ਮੈਂ ਦੁਬਾਰਾ 24 ਨਵੰਬਰ ਦਾ ਦੁਬਾਰੇ ਵਿਆਹ ਰੱਖਿਆ ਸੀ ਜੀ, ਪਰ ਇਹ ਵਿਆਹ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਮੇਰੇ ਨਾਲ ਬੋਲਣ ਲੱਗ ਗਏ ਮੈਂ ਵਿਆਹ ਦੱਸਿਆ ਤਾਂ ਮੇਰੀ ਨਨਾਣ ਕਹਿਣ ਲੱਗੀ ਵੀ ਮੈਂ ਇੰਨੀ ਦੂਰ ਦਾ ਵਿਆਹ ਨਹੀਂ ਲੈਣਾ। ਮੇਰੇ ਇਹ ਗੁੜੀਆ ਦੇ ਪਾਪਾ ਚਿੰਤਪੁਰਨੀ ਗਏ ਸੀਗੇ, ਮੈਂ ਇਹ ਕਿਹਾ ਆਪਣੀ ਨਨਾਣ ਨੂੰ ਵੀ ਉਹ ਆਉਣਗੇ ਘਰ ਤਾਂ ਆਪਾਂ ਵਿਆਹ ਦੀ ਨੇੜੇ ਦੀ ਕੋਈ ਤਰੀਕ ਰੱਖ ਲਵਾਂਗੇ ਜੀ। ਤਾਂ ਸੋਮਵਾਰ ਰਾਤ ਨੂੰ ਉਹੀ ਲੜਕਾ ਜਿਹਦੇ ਨਾਲ ਮੈਂ ਆਪਣੀ ਬੇਟੀ ਦਾ ਰਿਸ਼ਤਾ ਕੀਤਾ, ਮੇਰੀ ਨਨਾਣ ਦਾ ਲੜਕਾ, 5 ਜਣੇ ਨਾਲ ਲੈ ਕੇ, ਜਿਨ੍ਹਾਂ ਵਿੱਚ ਲਾਡੀ ਸ਼ੂਟਰ, ਗੁਰਜੀਤ ਅਤੇ ਹੰਸ ਅਤੇ ਇੱਕ ਸ਼ੀਸ਼ੂ ਦਾ ਭਰਾ ਰਵੀ, ਸਾਰੇ ਇਹ ਜਣੇ ਆਏ ਧੱਕੇ ਨਾਲ ਮੇਰੀ ਬੇਟੀ ਨੂੰ ਘੜੀਸ ਕੇ। ਮੈਂ ਅੱਗੇ ਹੋਈ ਤਾਂ ਮੈਨੂੰ ਵੀ ਸਨਮ ਨੇ ਮਾਰਿਆ, ਤਾਂ ਮੇਰੇ ਡੈਡੀ ਅੱਗੇ ਹੋਏ ਉਹਨਾਂ ਨੂੰ ਵੀ ਮਾਰਿਆ, ਮੇਰਾ ਬੇਟਾ ਅੱਗੇ ਹੋਇਆ ਤਾਂ ਉਹਨਾਂ ਨੂੰ ਵੀ ਮਾਰਿਆ ਉਹਨੇ। ਇਹ ਸ਼ੇਰਖਾਂ ਦੇ ਰਹਿਣ ਵਾਲੇ ਨੇ, ਗੁੰਡੇ ਨੇ ਸਾਰੇ, ਗੁੰਡਾਗਰਦੀ ਕਰਨ ਲਈ ਪਿਸਤੌਲ ਨਾਲ ਲੈ ਕੇ ਆਏ ਸੀਗੇ ਜੀ, ਪਿਸਤੌਲ ਦਿਖਾ ਕੇ ਸਨ, ਕਹਿੰਦੇ ਮੈਂ ਗੋਲੀ ਮਾਰ ਦਿਆਂਗਾ ਜੇ ਤੁਸੀਂ ਰੋਕਿਆ ਤਾਂ। ਜ਼ਬਰਦਸਤੀ ਮੇਰੀ ਬੇਟੀ ਨੂੰ ਘੜੀਸ ਕੇ ਬਾਹਰ ਤੱਕ ਲੈ ਕੇ ਗਿਆ ਗਲੀ 'ਚ, ਅਸੀਂ ਜੇ ਫੜਿਆ ਤਾਂ ਸਾਨੂੰ ਕੁੱਟਣ ਲੱਗ ਗਿਆ। ਹਾਂਜੀ, ਸਵਿਫਟ ਗੱਡੀ 'ਚ ਆਇਆ ਸੀ, ਸਵਿਫਟ ਡਿਜ਼ਾਇਰ ਗੱਡੀ ਸਨਮ ਦੀ, ਉਹ ਗੱਡੀ 'ਚ ਆਇਆ ਸੀ ਨਾਲ ਲੈ ਕੇ ਮੁੰਡੇ, ਇਹ ਸਾਰੇ 4 ਮੁੰਡੇ ਨਾਲ ਸੀ। ਸਾਰਾ ਪੂਰਾ ਮਹੱਲਾ ਬਾਹਰ ਨਿਕਲਿਆ ਤਾਂ ਸਾਰਿਆਂ ਨੂੰ ਕਹਿੰਦਾ ਪਿਸਟਲ ਨਾਲ ਗੋਲੀ ਮਾਰ ਦਿਆਂਗਾ ਜੇ ਕੋਈ ਅੱਗੇ ਆਇਆ ਤਾਂ। ਜ਼ਬਰਦਸਤੀ ਅਸੀਂ ਫੜਦੇ ਰਹੇ, ਸਾਨੂੰ ਮਾਰਨ ਲੱਗ ਪਿਆ, ਸਾਨੂੰ ਸਾਰਿਆਂ ਨੂੰ ਸੁੱਟ ਕੇ ਅਤੇ ਮੇਰੀ ਬੇਟੀ ਨੂੰ ਜ਼ਬਰਦਸਤੀ ਘੜੀਸ ਕੇ ਗੱਡੀ 'ਚ ਸੁੱਟ ਕੇ ਗੱਡੀ ਪਹੁੰਚਾ ਕੇ ਲੈ ਗਿਆ ਜੀ। ਵੀਰਪਾਲ ਕੌਰ ਲੜਕੀ ਦੀ ਮਾਤਾ ਨੇ ਬਿਆਨ ਦਰਜ ਕਰਾਇਆ ਕਿ ਮਤਲਬ ਵੀ ਉਹਦੀ ਲੜਕੀ ਮਮਤਾ ਕੁਮਾਰੀ ਨੂੰ ਮਿਤੀ 13/9/2021 ਨੂੰ ਰਾਤ ਕਰੀਬ 10:15 ਵਜੇ 5 ਬੰਦੇ ਆਏ ਆ, ਸਨਮ, ਲਾਡੀ, ਗੁਰਜੀਤ ਅਤੇ ਰਵੀ ਹੰਸ, ਇਹ 5 ਬੰਦੇ ਆਏ ਤਾਂ ਰਾਤ ਨੂੰ ਧੱਕੇ ਨਾਲ ਆਪਣੀ ਗੱਡੀ 'ਚ ਬਿਠਾ ਕੇ ਤੈਨੂੰ ਲੈ ਗਏ। ਮਾਮਲਾ ਦਰਜ ਹੋ ਗਿਆ? ਹਾਂਜੀ ਹਾਂਜੀ, ਮੁਕੱਦਮਾ ਨੰਬਰ 286 ਮਿਤੀ 14/9/21 ਨੂੰ ਦਰਜ ਕਰ ਲਿਆ ਅਤੇ ਅਗਲੀ ਤਫਤੀਸ਼ ਹੈ ਜੀ।
सवाल ये भी खड़ा होंदा है कि की लड़की दे घर वापस आउण तो बाद लड़की दा की स्टैंड होंदा है, की ओह इस मुंडे नाल व्याह करा के अपनी जिंदगी बिता पाएगी। ऐदा दे बहुत सारे सवाल साडे सामने ते लड़की दे सामने दरपेश ने, जिन्हां दा जवाब समा आउण ते ही पता लगणगे। फिरोजपुर तो परमजीत पम्मा दी रिपोर्ट, चैनल पंजाबी। साडा हर एक प्रोग्राम देखण ते साडे नाल जुड़न लई सबसक्राइब करो चैनल पंजाबी, ते नोटिफिकेशन लई बैल आइकन वाले बटन ते क्लिक करो।